ਸਮੁੱਚੇ ਵਿਸ਼ਵਵਿੱਤ ਪ੍ਰਾਤਵਰਗਾ ਸ਼ਾਇਦ ਹੀ ਕੋਈ ਦੇਸ਼ ਹੋਵੇ ਜੋ ਵਿਸ਼ਾਲ ਸਮਾਜਿਕ ਅਤੇ ਧਾਰਮਿਕ ਤਾਣੇ-ਬਾਣੇ ਵਿੱਚ ਬੁਣਿਆ ਹੋਇਆ ਹੋਵੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਉੱਪਰ ਉੱਠ ਕੇ ਦੇਸ਼ ਨੂੰ ਅੱਗੇ ਲਿਜਾਣ ਅਤੇ ਸੇਵਾ ਕਰਨ ਵਿੱਚ ਸਮੇਂ-ਸਮੇਂ ਤੇ ਕਈ ਮਹਾਨ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ ਮਹਾਤਮਾ ਗਾਂਧੀ ਅਤੇ ਮਦਰ ਟੇਰੇਸਾ ਬਾਂਗ ਬਾਬਾ ਆਮਟੀ ਨੇ ਵੀ ਆਪਣਾ ਸਾਰਾ ਜੀਵਨ ਕੁਸ਼ਟ ਰੋਗੀਆਂ ਅਤੇ ਲੋੜਵੰਦਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਬਾਬਾ ਆਮਟੇ ਦੇ ਨਾਮ ਨਾਲ ਮਸ਼ਹੂਰ ਮੁਰਲੀਤਰ ਦੇਵੀਦਾਸ ਆਮਟੇ ਦਾ ਜਨਮ 26 ਦਸੰਬਰ 1914 ਨੂੰ ਮਹਾਰਾਸ਼ਟਰ ਦੇ ਵਰਦਾ ਵਿੱਚ ਇੱਕ ਅਮੀਰ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। 1936 ਵਿੱਚ ਕਾਨੂੰਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ। 1942 ਵਿੱਚ ਉਨ੍ਹਾਂ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਮਹਾਤਮਾ ਗਾਂਧੀ ਦੀ ਭਾਰਤ ਛੱਡੋ ਮੁਹਿੰਮ ਵਿੱਚ ਹਿੱਸਾ ਲੈਣ ਲਈ ਕੈਦ ਹੋਏ ਲੋਕਾਂ ਲਈ ਬਚਾਅ ਪੱਖ ਦੇ ਵਕੀਲ ਵਜੋਂ ਕੰਮ ਕੀਤਾ। ਨਿਆਲੇ ਗਾਂਧੀ ਦੀ ਅਹਿੰਸਕ ਲੜਾਈ ਤੋਂ ਪ੍ਰਭਾਵਿਤ ਹੋ ਕੇ ਆਮਟੀ ਨੇ 1940 ਦੇ ਦਹਾਕੇ ਵਿੱਚ ਆਪਣਾ ਕਾਨੂੰਨੀ ਕੈਰੀਅਰ ਤਿਆਗ ਕੇ ਦਬੇ ਕੁਚਲੇ ਲੋਕਾਂ ਲਈ ਕੰਮ ਕਰਦੇ ਹੋਏ ਮਹਾਰਾਸ਼ਟਰ ਵਿੱਚ ਗਾਂਧੀ ਦੇ ਆਸ਼ਰਮ ਵਿੱਚ ਰਹਿਣ ਲੱਗ ਪਿਆ। ਕੁਸ਼ਟ ਰੋਗੀਆਂ ਤੋਂ ਪੀੜਤ ਇੱਕ ਆਦਮੀ ਨਾਲ ਮੁਲਾਕਾਤ ਤੋਂ ਬਾਅਦ ਆਮਟੇ ਦਾ ਧਿਆਨ ਉਸ ਬਿਮਾਰੀ ਵੱਲ ਗਿਆ। ਉਹਨਾਂ ਨੇ ਕੋੜ ਦੀ ਪੜ੍ਹਾਈ ਸ਼ੁਰੂ ਕੀਤੀ। ਇੱਕ ਕੁਸ਼ਟ ਰੋਗ ਕਲੀਨਿਕ ਵਿੱਚ ਕੰਮ ਕੀਤਾ ਅਤੇ ਕਲਕੱਤਾ ਸਕੂਲ ਆਫ ਟ੍ਰੋਪੀਕਲ ਮੈਡੀਸਨ ਵਿੱਚ ਇਸ ਬਿਮਾਰੀ ਦਾ ਕੋਰਸ ਵੀ ਕੀਤਾ। 1949 ਵਿੱਚ ਆਮਟੇ ਨੇ ਕੋੜ ਦੇ ਮਰੀਜ਼ਾਂ ਦੇ ਇਲਾਜ, ਮੁੜ ਵਸੇਬੇ ਅਤੇ ਸਸ਼ਕਤੀਕਰਨ ਨੂੰ ਸਮਰਪਿਤ ਇੱਕ ਆਸ਼ਰਮ ਆਨੰਦਵੰਦੀ ਸਥਾਪਨਾ ਕੀਤੀ। ਇਕੇਂਦਰ ਸਿਹਤ ਦੇਖਰੇਖ ਖੇਤੀਬਾੜੀ ਛੋਟੇ ਪੈਮਾਨੇ ਦੇ ਉਦਯੋਗ ਦੇ ਵਿਕਾਸ ਅਤੇ ਅਪਾਹਜ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਸੀ। ਕੁਸਟ ਰੋਗ ਨਾਲ ਸੰਬੰਧਿਤ ਕੰਮ ਤੋਂ ਇਲਾਵਾ ਆਮ ਤੇ ਵਾਤਾਵਰਨ ਅਤੇ ਧਾਰਮਿਕ ਸਹਿਨਸ਼ੀਲਤਾ ਸਮੇਤ ਕਈ ਹੋਰ ਲਹਿਰਾਂ ਲਈ ਵੀ ਕੰਮ ਕਰਦੇ ਰਹੇ। ਖਾਸ ਤੌਰ ਤੇ ਉਹਨਾਂ ਨਰਮਦਾ ਨਦੀ ਤੇ ਹਾਈਡਰੋ ਇਲੈਕਟ੍ਰਿਕ ਡੈਮਾਂ ਦੇ ਨਿਰਮਾਣ ਦਾ ਵਿਰੋਧ ਕੀਤਾ। ਦੂਵੇਂ ਵਾਤਾਵਰਣ ਦੇ ਕਾਰਨਾ ਕਰਕੇ ਅਤੇ ਡੈਮਾਂ ਦੁਆਰਾ ਉਜਾੜੇ ਗਏ ਲੋਕਾਂ ਦੇ ਪ੍ਰਵਾਹਾਂ ਦੇ ਕਾਰਨ 1990 ਵਿੱਚ ਆਮਟੇ ਨੇ ਇਸ ਕਾਰਜ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਆਨੰਦਵਨ ਛੱਡ ਦਿੱਤਾ ਆਪਣੇ ਜੀਵਨ ਦੇ ਅੰਤ ਵਿੱਚ ਉਹ ਆਸ਼ਰਮ ਵਾਪਸ ਆ ਗਏ 2008 ਵਿੱਚ 9 ਫਰਵਰੀ ਨੂੰ ਉਹ ਇਸ ਸੰਸਾਰ ਨੂੰ અલਵਿਦਾ ਆ ਗਏ ਅਜਹੀ ਮਾਨਤਾਵਾਦੀ ਸ਼ਖਸੀਅਤ ਦੇ ਮਾਲਕ ਬਾਬਾ ਆਮਟੇ ਦਾ ਜੀਵਨ ਲੋਕਾਈ ਨੂੰ ਸਮਰਪਿਤ ਸੀ ਆਮਟੇ ਦੇ ਪੁੱਤਰਾਂ ਨੇ ਆਪਣੇ ਪਿਤਾ ਦੇ ਪਰਉਪਕਾਰੀ ਕੰਮ ਨੂੰ ਜਾਰੀ ਰੱਖਿਆ ਬਾਬਾ ਆਮਟੇ ਨੇ ਸਮਾਜਿਕ ਕਾਰਜਾਂ ਦੇ ਨਾਲ ਨਾਲ ਸਾਹਿਤ ਦੇ ਖੇਤਰ ਵਿੱਚ ਵੀ ਯੋਗਦਾਨ ਪਾਇਆ ਉਹਨਾਂ ਨੇ ਜਵਾਲਾ ਅਤੇ ਫੂਲੇ ਨਾਮ ਦਾ ਇੱਕ ਕਾਵ ਸੰਗ੍ਰਹਿ ਅਤੇ ਉਜਵਲ ਉਦਯਾਸੀ ਨਾਮ ਦੀ ਇੱਕ ਕਵਿਤਾ ਲਿਖੀ ਬਾਬਾ ਆਮਟੇ ਵੱਲੋਂ ਕੀਤੇ ਗਏ ਸੇਵਾਕਾਰਜਾਂ ਲਈ ਉਹਨਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਆਮਟੇ ਨੂੰ 1972 ਵਿੱਚ ਪਦਮ ਸ਼੍ਰੀ, 1978 ਵਿੱਚ ਰਾਸ਼ਟਰੀ ਪੂਰਨ, 1986 ਵਿੱਚ ਪਦਮ ਵਿਭੂਸ਼ਣ ਅਤੇ 1988 ਵਿੱਚ ਮੈਕਸੇਸੇ ਪੁਰਸਕਾਰ ਮਿਲਿਆ। ਬਾਬਾ ਆਮਟੇ ਦੁਆਰਾ ਕੀਤੇ ਗਏ ਮਾਨਵ ਸੇਵਾ ਦਾ ਆਚਰਣ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਪ੍ਰੇਰਣਾ ਦਿੰਦਾ ਰਹੇਗਾ।